ਸਾਸਰੀ ਘਰ ਬੇਟਾ ਜੀ ਤੁਸੀਂ ਨਾ ਵਾਸ਼ਿੰਗ ਮਸ਼ੀਨ ਦੇਖੀ ਹੋਣੀ ਕਰਦੀ ਕੀ ਇਹ ਕਪੜਾ ਨੂੰ ਗੋਲ 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 ਘੁਮਾਉਂਦੀ ਹੈ ਹੋਰ ਕੀ ਹੈ ਵਾਸ਼ ਕਰਦੀ ਹੈ ਪਹਿਲੇ ਅਸੀਂ ਇਹ ਕੰਮ ਹੱਥਾਂ ਨਾਲ ਕਰਦੇ ਸੀ ਹੈ ਨਾ ਘੁਮਾਉਣ ਦਾ ਕੰਮ ਕਿਸੇ ਚੀਜ਼ ਨੂੰ ਦੂਰ ਲਿਜਾਣ ਦਾ ਕੰਮ ਹੱਥ ਨਾਲ ਫੋਰਸ ਲਾਣਾ ਇਹ ਵਰਕ ਜਿਹੜਾ ਕਲਾਏਗਾ ਉਹ ਮਕੈਨੀਕਲ ਕਲਾਏਗਾ ਹੈ ਨਾ ਜਿੱਦਾਂ ਮਕੈਨਿਕ ਕੰਮ ਕਰਦਾ ਨਾ ਅਸੀਂ ਇਹ ਕਹਿੰਦੇ ਹੱਥਾਂ ਨਾਲ ਕੰਮ ਕਰਨਾ ਪਹਿਲੇ ਤਾਂ ਕਰਦੇ ਸੀ ਨਾ ਹੁਣ ਵਾਸ਼ਿੰਗ ਮਸ਼ੀਨਾਂ ਆ ਗਈਆਂ ਪਹਿਲੇ ਤਾਂ ਹੱਥ ਨਾਲ ਹੀ ਧੋਂਦੇ ਹੁਣ ਵੀ ਕਈ ਲੋਕ ਹੱਥ ਨਾਲ ਧੋਂਦੇ ਆਂ ਠੀਕ ਹੈ ਇਹ ਕੰਮ ਸੀ ਮੈਕੈਨੀਕਲ ਕੰਮ ਸੀ ਇਹਦੇ ਚ ਮੈਕੈਨੀਕਲ ਅਲਰਜੀ ਲੱਗੇਗੀ ਤੁਹਾਡੀ ਜੇ ਵਾਸ਼ਿੰਗ ਮਸ਼ੀਨ ਨਾ ਹੋਏ ਤਾਂ ਹੱਥ ਨਾਲ ਧੋਗੇ ਬਟ ਵਾਸ਼ਿੰਗ ਮਸ਼ੀਨ ਵੀ ਤਾਂ ਉਹੀ ਕੰਮ ਕਰ ਰਹੀ ਹੈ ਨਾ ਮੈਕੈਨੀਕਲ ਕੰਮ ਹੀ ਕਰ ਰਹੀ ਹੈ ਨਾ ਗੋਲ ਕੁਮਾਰੀ ਹੈ ਠੀਕ ਹੈ ਇਹ ਚੱਲਦੀ ਕਿਦਾਂ ਹੈ ਇਹ ਚੱਲਦੀ ਹੈ ਸਰ ਅਸੀਂ ਇੱਥੇ ਸਵਿਚ ਲਾਇਆ ਹੁੰਦਾ ਹੈ ਇਲੈਕਟ੍ਰਿਸਿਟੀ ਆਉਂਦੀ ਹੈ ਇਧਰ ਹੁੰਦਾ ਨਾ ਸ਼ੂ ਜਿੱਥੇ ਲਾਇਆ ਹੁੰਦਾ ਹੈ ਵਾਸ਼ਿੰਗ ਮਸ਼ੀਨ ਦਾ ਸਵਿਚ ਠੀਕ ਹੈ ਇਥੇ ਕੋਈ ਕਰੰਟ ਆਂਦਾ ਹੈ ਇਹ ਕਿਹੜੀ ਚੀਜ਼ ਆ ਰਹੀ ਹੈ ਅੰਦਰ ਸਰ ਕਰੰਟ ਆ ਰਿਹਾ ਹੈ ਜਾਂ ਇਲੈਕਟ੍ਰੀਕਲ એનર્ਜੀ ਆ ਰਹੀ ਹੈ ਤੇ ਵਾਸ਼ਿੰਗ ਮਸ਼ੀਨ ਕੀ ਚੀਜ਼ ਹੋਗੀ ਇੱਕ ਯੰਤਰ ਹੋ ਗਿਆ ਸਰ ਕੁਝ ਨਹੀਂ ਹੈ ਇੱਕ ਯੰਤਰ ਹੈ ਇੱਕ ਡਿਵਾਈਸ ਹੈ ਜਿਹੜੀ ਇਲੈਕਟ੍ਰੀਕਲ એનર્ਜੀ ਨੂੰ ਚੇਂਜ ਕਰ ਦਿੰਦੀ ਹੈ ਮੈਕੈਨੀਕਲ એનર્ਜੀ ਚ ਕਰੰਟ ਨੂੰ ਆਂਦੇ ਜਦੋਂ ਅਸੀਂ ਔਨ ਕੀਤਾ ਤੇ ਵਾਸ਼ਿੰਗ ਮਸ਼ੀਨ ਟਰਨ ਹੋਣਾ ਸ਼ੁਰੂ ਹੋ ਗਈ ਘੁੰਮਣੀ ਸ਼ੁਰੂ ਹੋ ਗਈ ਜਿਹੜੇ ਮਕੈਨੀਕਲ ਕੰਮ ਸੀ ਉਹ ਹੋਣਾ ਸ਼ੁਰੂ ਹੋ ਗਿਆ ਤਾਂ ਇਸ ਚੀਜ਼ ਦਾ ਸਾਨੂੰ ਹੁਣ ਪਤਾ ਲੱਗ ਗਿਆ ਸਰ ਕਿੱਥੋਂ ਬਣਿਆ ਹੋਵੇਗਾ ਯਾਦ ਰੱਖੋ ਬੇਟਾ ਇੱਕ ਵਾਇਰ ਹੈ ਮੈਗਨੇਟਿਕ ਫੀਲਡ ਹੈ ਉਹਦੇ ਚ ਕਰੰਟ ਹੈ ਤਾਂ ਇਹ ਮੂਵ ਹੋ ਸਕਦੀ ਹੈ ਹਣਾ ਔਰ ਮੂਵ ਹੋ ਗਈ ਤਾਂ ਘੁਮਾ ਸਕਦੇ ਹੋ ਸਰ ਗੋਲ-ਗੋਲ ਘੁਮਾ ਸਕਦੇ ਹਾਂਜੀ ਕੋਈ ਤਾਂ ਕੰਮ ਹੋ ਰਿਹਾ ਹੈ ਅਸੀਂ ਕਰ ਸਕਦੇ ਹਾਂ ਸਮਝ ਸਾਨੂੰ ਸਮਝ ਆ ਗਿਆ ਕਿ ਜੇ ਕਰੰਟ ਹੋਵੇ ਤਾਂ ਅਸੀਂ ਉਹਨੂੰ ਉਸ ਕੰਡਕਟਰ ਨੂੰ ਉਸ ਵਾਇਰ ਨੂੰ ਤਾਂ ਕੰਮ ਰਵਾ ਸਕਦੇ ਹਾਂ ਫਿਰ ਉਸ ਦਾ ਯੂਜ਼ ਕਰ ਲੈਂਦੇ ਹਾਂ ਜਿੱਦਾਂ ਵਾਸ਼ਿੰਗ ਮਸ਼ੀਨ 'ਚ ਹੋਇਆ ਤਾਂ ਇਹ ਚੀਜ਼ ਸਾਰਿਆਂ ਨੂੰ ਗਿਆਤ ਸੀ ਕਿ ਚਲੋ ਇਹ ਤਾਂ ਅਸੀਂ ਕਰ ਚੁੱਕੇ ਹਾਂ ਵਟ ਵੀ ਹੈਵ ਡਨ ਇਲੈਕਟ੍ਰੀਕਲ એનર્ਜੀ ਨੂੰ ਮੈਕੈਨੀਕਲ એનર્ਜੀ 'ਚ ਚੇਂਜ ਕਰ ਚੁੱਕੇ ਹਾਂ ਬਟ ਸੋਚੋ ਕੋਈ ਆ ਜੇ ਇੱਥੇ ਸੋਚਣ ਵਾਲਾ ਜਿਹਦੇ 'ਚ ਆਈਡੀਆ ਹੈ ਜੇ ਮੈਂ ਵਾਸ਼ਿੰਗ ਮਸ਼ੀਨ ਨੂੰ ਘੁਮਾਵਾਂ ਤੇ ਕਰੰਟ ਬਣ ਜਾਏਗਾ ਕਿ ਪੁੱਠੀ ਸੋਚ ਹੈ ਨਾ ਇਹ ਹੀ ਸਾਡੇ ਚੈਪਟਰ ਦੀ ਸਟਾਰਟਿੰਗ ਹੈ ਵਟ ਹੀ ਇਸ ਥਿੰਕਿੰਗ ਇਨ ਫਿਜ਼ਿਕਸ ਲੈਂਗੁਏਜ ਥੈਟ ਹੀ ਇਸ ਟ੍ਰਾਈਂਗ ਟੂ ਥਿੰਕ ਵੈਦਰ ਵੀ ਕੈਨ ਚੇਂਜ ði ਮੈਕੈਨਿਕਲ ਐਨਰਜੀ ਇਨਟੂ ði ਇਲੈਕਟ੍ਰੀਕਲ ਐਨਰਜੀ ਪੁੱਠਾ ਹੋ ਸਕਦਾ ਹੈ ਕਿਆ ਕਿਆ ਮੈਂ ਵਾਸ਼ਿੰਗ ਮਸ਼ੀਨ ਕੋ ਮੋਂਹਾਂ ਤੇ ਕਰੰਟ ਬਣ ਜਾਏਗਾ ਕਿਆ ਮੈਂ ਕਹਾਂਗਾ ਕਿਉਂ ਸੋਚ ਰਿਹਾ ਏਦਾਂ ਕਿਉਂਕਿ ਕਰੰਟ ਨਾਲ ਤਾਂ ਵਾਸ਼ਿੰਗ ਮਸ਼ੀਨ ਗੋਲਕੁੰਦੀ ਹੈ ਤਾਂ ਕਿ ਪੁੱਠਾ ਹੋ ਸਕਦਾ ਹੈ ਕੀ ਆ ਮੈਂ ਕਰੰਟ ਜਨਰੇਟ ਕਰ ਸਕਦਾ ਹਾਂ ਆਪਣੇ ਮਕੈਨੀਕਲ ਵਰਕ ਨਾਲ ਹੁਣ ਤੁਸੀਂ ਕਹੋਗੇ ਸਰ ਇਦਾਂ ਦਾ ਕੌਣ ਸੋਚਦਾ ਹੈ ਸੋਚਦੇ ਹਨ ਜਿਨ੍ਹਾਂ ਦਾ ਅਸੀਂ ਨਾ ਯਾਦ ਰੱਖਣਾ ਹੈ ਫੈਰਾਡੇ ਐਂਡ ਹੈਨਰੀ ਇਹਨਾਂ ਦੇ ਐਕਸਪੈਰੀਮੈਂਟ ਚੜਿਆ ਇਹਨਾਂ ਦਾ ਫੁੱਲ ਨੇਮ ਹੈ ਹੈਨਰੀ ਦਾ ਜੋਸਫ ਹੈਨਰੀ ਇਹਨਾਂ ਦੇ ਕੁਝ ਐਕਸਪੈਰੀਮੈਂਟ ਹਨ ਉਹ ਸਮਝ ਗਏ ਉਦੇਸ਼ ਕਿ ਲਈ ਕਿਹਾ ਗਿਆ ਹੈ ਆਬਜੈਕਟਿਵ ਕੀ ਹੈ ਇਹਨਾਂ ਦਾ ਇਹਨਾਂ ਦਾ ਆਬਜੈਕਟਿਵ ਹੈ ਕਿ ਕੁਝ ਮਕੈਨਿਕਲ ਵਰਕ ਕਰੀਏ ਉਹਦੇ ਨਾਲ ਕਰੰਟ ਬਣ ਜਾਵੇ ਹੁਣ ਜਿਹੜੀ ਮੈਂ ਕਹਾਣੀ ਦੱਸਣੀ ਹੈ ਉਹ ਜਸ ਝੂਠੀ ਕਹਾਣੀ ਹੈ ਕਾਲਪਨਿਕ ਕਹਾਣੀ ਹੈ ਜਸ ਤੁਹਾਨੂੰ ਯਾਦ ਕਰਨ ਵਾਸਤੇ ਮੰਨ ਲਓ ਫੈਰਾਡੇਲ ਕੋਲ ਇੱਕ ਇਦਾਂ ਦਾ ਸਰਕਟ ਹੈ ਇੱਕ ਲੂਪ ਹੈ ਵਾਇਰ ਦੀ ਜਿਹਦੇ ਚ ਛੋਟਾ ਜਿਹਾ ਇੱਕ LED ਲੱਗਿਆ ਹੋਇਆ ਹੈ ਥਿਸ ਇਜ਼ ਜਸਟ ਅ ਸਿੰਪਲ ਵਾਇਰ ਲੂਪ ਠੀਕ ਹੈ ਸਰ ਬੈਟਰੀ ਨਹੀਂ ਲਾਈ ਨਹੀਂ ਬੈਟਰੀ ਨਹੀਂ ਇਹਦੇ ਚ ਕੋਈ ਸੋਰਸ ਨਹੀਂ ਹੈ ਕਿ ਕਰੰਟ ਆ ਜਾਏਗਾ ਇਹਦੇ ਚ ਹੈਨਾ ਹੁਣ ਇਦਾਂ ਹੀ ਅਸੀਂ ਆਫ ਰੱਖਿਆ ਹੋਏ ਤੇ ਮਤਲਬ ਥੋੜਾ ਚੱਲਦਾ ਔਨ ਕਰਨਾ ਪੈਂਦਾ ਨਾ ਕਿੱਥੋਂ ਨਾ ਕਿੱਥੋਂ એનર્ਜੀ ਆਏਗੀ ਨਾ ਇੱਥੇ ਨਹੀਂ ਹੈਗਾ আচ্ছা ਥਿਸ ਇਜ਼ ਫੈਰਾਡੇ ਵਾਟ ਅਬਾਊਟ ਹੈਂਰੀ ਹੈਂਰੀ ਕੋਲ ਹੈ ਮੰਨ ਲਓ ਇੱਕ ਮੈਗਨੈਟ ਸਮਝ ਗਏ ਫੈਰਾਡੇ ਕੋ ਵਾਇਰ ਲੂਪ ਐਂਡ ਹੈਨਰੀ ਕੋ ਮੈਗਨੇਟ ਐਗਜ਼ਾਮਪਲ ਹੈ ਬੇਟਾ ਇਦਾਂ ਹੋਇਆ ਨਹੀਂ ਜਸਟ ਯਾਦ ਕਰਨ ਵਾਸਤੇ ਤਾਂ ਇਹਨਾਂ ਦਾ ਕੁਝ ਐਕਸਪੈਰੀਮੈਂਟ ਹੈ ਉਹ ਆਬਜ਼ਰਵ ਕਰਨਾ ਹੈ ਹਾਂ ਥੈਟ ਇਜ਼ ਆਰ ਆਬਜੈਕਟਿਵ ਫੈਰਡੇ ਕੋ ਇੱਕ ਲੂਪ ਪਈ ਹੋਈ ਹੈ ਹੈਨਰੀ ਕੋ ਇੱਕ ਮੈਗਨੇਟ ਪਿਆ ਹੋਇਆ ਹੈ ਆਬਜੈਕਟਿਵ ਹੈ ਕਿ ਮਕੈਨੀਕਲ ਵਰਕ ਕਰੀਏ ਕੁਝ ਤੇ ਕਰੰਟ ਜਨਰੇਟ ਕਰਕੇ ਦਿਖਾਈਏ ਬਣਾ ਕੇ ਦਿਖਾਈਏ ਵਾਸ਼ਿੰਗ ਮਸ਼ੀਨ ਘੁਮਾਈਏ ਅੱਗੇ ਪਿੱਛੇ ਕਰੀਏ ਵਾਸ਼ਿੰਗ ਮਸ਼ੀਨ ਨੂੰ ਤੇ ਕਰੰਟ ਬਣ ਜਾਵੇ ਸੇਮ ਹੀ ਉਹਨੇ ਬਹੁਤ ਟਾਈਮ ਨਾਲ ਇਕੱਠੇ ਐਕਸਪੈਰੀਮੈਂਟ ਕਰਦੇ ਹਨ ਬਟ ਕੋਈ ਵੀ ਰਿਜ਼ਲਟ ਨਹੀਂ ਆਉਂਦਾ ਕੁਝ ਵੀ ਨਹੀਂ ਆਉਂਦਾ ਠੀਕ ਹੈ ਨਾ ਯਾਨੀ ਕਿ ਕਾਫੀ ਟਾਈਮ ਬਾਅਦ ਹੈ ਨਾ ਫਿਊ ইয়ারਸ ਲੇਟਰ ਇਦਾਂ ਸਮਝ ਲਓ ਕਿ ਇਹਹੀ ਲੂਪ ਇਦਾਂ ਪਈ ਹੋਈ ਹੈ ਹੁਣ ਕਾਫੀ ਦਿਮਾਗ ਲਾ ਚੁੱਕੇ ਆ ਦੋਨੋਂ ਹੈ ਨਾ ਕੀ ਕੀ ਦਿਮਾਗ ਲਾਇਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਇਹਨਾਂ ਨੇ ਮੈਗਨੇਟ ਬੋਲੇ ਸਰ ਇੱਕ ਕੰਮ ਕਰੋ ਇੱਧਰ ਰੱਖਣਾ ਜਰਾ ਨਹੀਂ ਇੱਧਰ ਰੱਖਣਾ ਜਰਾ ਇੱਧਰ ਰੱਖਣਾ ਸਰ ਇਹਾ ਥੋੜੀ ਜੀ ਗਾਂ ਲਿਆਓ ਉਹਨੂੰ ਪਛਾਣ ਲਿਆਓ ਫੈਰਾਡੇ ਕੀ ਕਹਿੰਦਾ ਯਾਰ ਰੁਕ ਰੁਕ ਤੂੰ ਆਖ ਖਲੋਤ ਰਹਿ ਮੈਂ ਜਾਣਾ ਪਿੱਛੇ ਅੱਗੇ ਜਾਣਾ ਕੁਝ ਹੋ ਨਹੀਂ ਰਿਹਾ ਚਾਹੁੰਦੇ ਕੀ ਹੈ ਇਹ ਜਿਹੜੀ ਲਾਈਟ ਹੈ ਨਾ ਲਾਈਟ ਇਹ LED ਹੈ ਇਹ ਗਲੋ ਹੋ ਜਾਵੇ ਤਾਂ ਕਰੰਟ ਸਮਝ ਜਾਂਗੇ ਆ ਜਾਏਗਾ ਉਹਨਾਂ ਨੇ ਏਦਾਂ ਦੇ ਨਾਲ ਦੋਸਤਾਂ ਨਾਲ ਐਕਸਪੈਰੀਮੈਂਟ ਕਰਦੇ ਗਏ ਬਟ ਕੋਈ ਰਿਜ਼ਲਟ ਨਹੀਂ ਆ ਰਿਹਾ ਨਿਰਾਸ਼ ਹੋ ਗਏ ਹੈਨਾ ਹੈਨਰੀ ਸਭ ਤੋਂ ਪਹਿਲੇ ਫਰਸਟ੍ਰੇਟ ਹੁੰਦਾ ਹੈ ਹੈਨਾ ਕਿਉਂਕਿ ਫੈਰਾਡੇ ਕਹਿੰਦਾ ਭਈ ਹੈਨਾ ਜਿਵੇਂ ਸਾਡੀ ਕੋਈ ਦੋਸਤ ਨਾਲ ਕੰਮ ਕਰ ਰਹੇ ਹੋਣ ਕੰਮ ਨਾ ਸਾਡੇ ਕੋ ਹੋਏ ਤਾਸੀ ਦੋਸਤ ਨੂੰ ਪੂਰਾ ਬੋਲਣ ਲਾ ਸ਼ੁਰੂ ਕਰ ਦਿੰਦੇ ਆ ਤਾਂ ਉਦਾਂ ਦੀ ਗੱਲ ਹੋ ਗਈ ਕੁਝ ਸੈਂਟਰੀ ਬਨ ਗਿਆ ਬੁਰਾ ਕਿ ਦੋ ਸਾਲ ਹੋ ਗਏ ਕੁਝ ਨਹੀਂ ਹੁੰਦਾ ਪਿਆ ਕੋਈ ਜਨਰੇਟ ਨਹੀਂ ਹੋਈ ਇਲੈਕਟ੍ਰਿਸਿਟੀ ਤਾਂ ਗੁੱਸੇ 'ਚ ਆ ਕੇ ਉਹ ਕੀ ਕਰਦਾ ਹੈ ਇਹ ਜਿਹੜੀ ਮੈਗਨੇਟ ਹੈ ਹੈਨਾ ਮਰਕਾ ਕੇ ਸੁੱਟਦਾ ਹੈ ਇਧਰ ਨੂੰ ਇਹ ਸਰਕਟ ਨੂੰ ਇੱਥੇ ਸੀ ਮੈਗਨੇਟ ਹੈਨਾ ਕਿ ਆਫਰ ਮੈਗਨੇਟ ਹੈਨਰੀ ਦਾ ਮੈਗਨੇਟ ਸੀ ਨਾ ਕਹਿੰਦਾ ਤੂੰ ਹੀ ਕਰ ਐਕਸਪਰiments ਇਹ ਲੈ ਇੱਧਰ ਨੂੰ ਸੁੱਟਦਾ ਹੁਣ ਇਸ ਸੀਨ ਨੂੰ ਜਿਹੜਾ ਸਲੋ ਮੋਸ਼ਨ 'ਚ ਦੇਖੀਏ ਤਾਂ ਉਹ ਪਾਉਂਦੇ ਹਨ ਦੋਨੋਂ ਆਬਜ਼ਰਵ ਕਰਦੇ ਹਨ अरे लाइट फ्लैश हुई फ्लैश फ्लैश ਨਾ ਮਤੋਂ ਲਾਈਟ ਜਸਟ ਆਨ ਹੋਈ ਤੇ ਬੰਦ ਹੋ ਗਈ ਜਦੋਂ ਮੈਗਨੈਟ ਡਿੱਗ ਗਿਆ ਕਿਤੇ ਵੀ ਉਹ ਤੇ ਬੰਦ ਹੋ ਗਈ ਹੁਣ ਇਹਨਾਂ ਦੋਨਾਂ ਦਾ ਦਿਮਾਗ ਚੱਲਣਾ ਸ਼ੁਰੂ ਹੁੰਦਾ ਹੈ ਕੀ ਹੋ ਗਿਆ ਉਹਨਾਂ ਨੇ ਫਿਰ ਕੀ ਕੀਤਾ ਕਾਫੀ ਧੀਰ ਓਬਜ਼ਰਵ ਕਰਦੇ ਰਹੇ ਯਾਰ ਇਤਨੀ ਇਥੇ ਕੋਈ ਬੈਟਰੀ ਦਾ ਕਨੈਕਸ਼ਨ ਤਾਂ ਨਹੀਂ ਹੈ ਗਲਤ ਤਾਂ ਨਹੀਂ ਲੱਗਿਆ ਸਰਕਟ ਇੱਕ ਲੀ ਕਲੀ ਲੂਪ ਹੀ ਹੈ ਕੋਈ ਸਟੈਟਿਕ ਚਾਰਜ ਨਹੀਂ ਹੈ ਬੜੇ ਆਈਡੀਆ ਆ ਲੱਗੇ ਯਾਰ ਕੁਛ ਨਾ ਕੁਛ ਗੜਬੜੇ ਦੇ ਚ ਕਰੰਟ ਕਿਦਾਂ ਆ ਗਿਆ ਹੈਨਾ ਕਰੰਟ ਕਿਦਾਂ ਆ ਗਿਆ ਦੇ ਚ ਫਿਰ ਥੋੜੇ ਦਿਨ ਕਰਦੇ ਹਾਂ ਹੁਣ ਉਹਨਾਂ ਨੂੰ ਪਤਾ ਹੈ ਕਿ ਯਾਰ ਜਦੋਂ ਪੰਕਾ ਆ ਕੇ ਸੁੱਟੀ ਸੀ ਹੈਨਾ ਜਦੋਂ ਹੀ ਕਰੰਟ ਆਇਆ ਸੀ ਫਲੈਸ਼ ਆਈ ਸੀ ਇੱਕ ਹੈਨਾ ਇਹ ਐਲਈਡੀ ਚੱਲਿਆ ਤੇ ਬੰਦ ਹੋ ਗਿਆ ਹੈਨਾ ਤਾਂ ਇਨਾਂ ਨੂੰ ਕਰੰਟ ਤਾਂ ਦਿੱਸ ਗਿਆ ਇੱਕ ਹੀ ਕਰਦੇ ਹਾਂ ਇਸ ਮੈਗਨਟ ਨੂੰ ਹੌਲੀ ਹੌਲੀ ਲੈ ਕੇ ਜਾਂਦੇ ਹਾਂ ਫੁੱਲ ਯਾਰ ਅੰਦਾ ਕਰੰਟ ਨਹੀਂ ਬਿਲਕੁਲ ਹਾਲੀਵੁੱਡ ਲੈ ਕੇ ਜਾ ਰਹੇ ਆ ਕੁਝ ਨਹੀਂ ਫਿਰ ਉਹ ਲਾਸ ਕਿ ਹੁੰਦਾ ਦੋਨੋਂ ਫਰਸਟ੍ਰੇਟ ਦੁਬਾਰਾ ਹੋ ਗਿਆ ਯਾਰ ਸਾਨੂੰ ਲੱਗਦਾ ਭਲੇਖਾ ਹੀ ਲੱਗ ਗਿਆ ਕੋਈ ਲਾਈਟ ਨਹੀਂ ਜਲੀ ਸੀ ਐਵੇਂ ਮੈਨੂੰ ਲੱਗਿਆ ਕਿ ਕੋਈ 2 ਸਾਲ ਤੱਕ ਰਿਜ਼ਲਟ ਨਹੀਂ ਆਇਆ ਤੇ ਲਾਈਟ ਹੀ ਦਿਸਣੀ ਹੈ ਠੀਕ ਹੈ ਦੋਨੋਂ ਮੰਨ ਗਏ ਇਸ ਗੱਲ ਤੇ ਹੈਨਰੀ ਫੇਰ ਨਾਰਾਜ਼ ਹੁੰਦਾ ਹੈ ਇੱਕ ਹੀ ਕਰਦੇ ਆ ਜਿਹੜੀ ਮੈਗਨੇਟ ਹੈ ਬਾਹਰ ਨੂੰ ਸੁੱਟ ਦਿੰਦੇ ਆ ਛੱਡੋ ਐਕਸਪੈਰੀਮੈਂਟ ਹੀ ਖਤਮ ਕਰੋ ਹੁਣ ਜਦੋਂ ਬਾਹਰ ਵੀ ਸੁੱਟੀ ਨਾ ਤਾਂ ਵੀ ਪ੍ਰਕਾਸ਼ ਤਾਂ ਵੀ ਫਲੈਸ਼ थिंक अबाउट इट फ्लैश का मतलब थोड़ी देर बाद आ, लाइट आई और गई ठीक है ना एक सैकेंड वास्ते इदा ग्लो हो फिर बंद फ्लैश ये कि कंटिन्यूस है लगातार नहीं है बट हूँ इन्हों दिमाग कुछ आ गया कि यह कुछ होंगे पाया है ये फ्लूक नहीं देर इज समथिंग हैपनिंग ठीक है हूँ थोड़ा डिटेक्टिव बनते हैं यानी कि डिटेक्टिव माइंड ਯਾ ਦੇਖ ਹੋਇਆ ਕੀ ਪਹਿਲੇ ਡਿਸਕਸ ਕਰੀਏ ਆਪਣੇ ਡਿਫਰੈਂਸਸ ਭੁੱਲ ਜਾ ਤੂੰ ਮੇਰੇ ਨਾਲ ਕੀ ਕੀਤਾ ਤੂੰ ਪਣਗਾ ਕੇ ਸੁੱਟੀ ਫਿਰ ਤੂੰ ਬਾਹਰ ਸੁੱਟਦੀ ਉਹ ਛੱਡ ਦੇ ਥੋੜਾ ਜਿਹਾ ਆਬਜ਼ਰਵ ਕਰ ਹੁੰਦਾ ਕੀ ਪਿਆ ਹੋਏਗਾ ਮਲੇ ਇਹ ਵਾਇਰ ਹੈ ਯਾਰ ਇੱਥੇ ਪਈ ਹੋਈ ਹੈ ਨਾ ਫੈਰਡੇ ਕਹੇਗਾ ਇਹ ਦੇਖੋ ਵਾਇਰ ਪਈ ਹੋਈ ਹੈ ਹੈ ਨਾ ਔਰ ਇੱਥੇ ਮੈਗਨੈਟ ਤੂੰ ਇੱਥੇ ਖਲੋਤਾ ਸੀ ਹੈ ਨਾ ਸਾਰਾ ਸੀਨ ਬਣਾ ਰਿਹਾ ਜਿਵੇਂ ਡਿਟੈਕਟਿਵ ਕੇ ਅੰਦਰ ਉਹ ਇੱਥੇ ਖਲੋਤਾ ਸੀ ਇਦਾਂ ਫਿਰ ਇਦਾਂ ਹੋਇਆ ਹੋਣਾ ਇਦਾਂ ਤੂੰ ਮੈਗਨੈਟ ਤੂੰ ਮੈਗਨੈਟ ਪਰੀ ਜ਼ੋਰ ਦੀ ਸੁੱਟੀ ਹੈ ਤੇ ਸੁੱਟਦੇ ਆ ਦੁਬਾਰਾ ਤਾਂ ਸੁੱਟਦੇ ਆ ਤਾਂ ਫਿਰ ਦੁਬ ਇਹਦਾ ਮਤਲਬ ਤੁੱਕਾ ਨਹੀਂ ਹੋਂ ਤੱਕ ਕਨਫਰਮ ਹੋਉ ਲੱਗ ਗਿਆ ਇਹਨਾਂ ਨੂੰ ਫਿਰ ਦੂਜੀ ਤਰਫ ਇਧਰ ਨੂੰ ਸੁੱਟਦੇ ਆ ਤਾਂ ਫੇਰ ਫਲੈਸ਼ ਇਹਦਾ ਮਤਲਬ ਹੁਣ ਐਕਸਪੈਰੀਮੈਂਟ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਕੱਢ ਲਿਆ ਕੁਝ ਜਿਹੜੀ ਮੈਗਨੇਟ ਮੂਵ ਹੁੰਦੀ ਪਈ ਇਹਦੇ ਮੋਸ਼ਨ ਕਾਰਨ ਇੱਥੇ ਕਰੰਟ ਬਣਦਾ ਪਿਆ ਹੈ ਦੇਖੋ ਕੋਈ ਬੈਟਰੀ ਨਹੀਂ ਹੈ ਇੱਥੇ ਬੈਟਰੀ ਕਿੱਥੇ ਹੈ ਕਰੰਟ ਤਾਂ ਬੈਟਰੀ ਤੇ ਆਉਂਦਾ ਹੈ ਸਰ ਇਹ ਸੁਣੋ ਇਸ ਸਰਕਟ 'ਚ ਤਾਂ ਕੁਝ ਵੀ ਨਹੀਂ ਹੈ ਇਹ ਜਿਹੜਾ ਸਪੈਸ਼ਲ ਜਿਹਾ ਕਰੰਟ ਜਿਹਦੇ ਨਾਲ ਪ੍ਰਕਾਸ਼ ਹੋ ਰਿਹਾ ਹੈ ਉਨੂੰ ਕਰੰਟ ਨੂੰ ਇੱਕ ਸਪੈਸ਼ਲ ਨਾਮ ਦੇਵਾਂਗੇ ਯਾਦ ਰੱਖਣਾ ਇੰਡਿਊਸਡ ਕਰੰਟ ਇੰਡਿਊਸਡ ਇੰਡਿਊਸਡ ਕਿਉਂ ਕਿ ਹੈ ਇੰਡਕਸ਼ਨ ਦਾ ਮਤਲਬ ਹੁੰਦਾ ਹੈ ਬਿਨਾ ਟੱਚ ਹੋਏ ਹੀ ਪ੍ਰਭਾਵ ਕਰ ਦੇਣਾ ਇਹ ਮੈਗਨੇਟ ਕੇ ਇਹਦੇ ਨਾਲ ਟੱਚ ਨਹੀਂ ਨਹੀਂ ਸਰ ਜਸਟ ਕੋਲ ਆਈ ਤਾਂ ਇਹਦੇ ਇੰਡਕਸ਼ਨ ਹੋ ਗਈ ਤਾਂ ਕਰਕੇ ਇੱਥੇ ਕਰੰਟ ਆ ਗਿਆ ਦੂਰ ਗਈ ਤਾਂ ਕਰੰਟ ਆ ਗਿਆ ਇੰਡਕਸ਼ਨ ਹੋ ਰਹੀ ਹੈ ਕਰੰਟ ਦੀ ਮੈਗਨੇਟ ਦਾ ਟੱਚ ਨਹੀਂ ਹੋ ਰਿਹਾ ਇੰਡਕਸ਼ਨ ਹੋ ਰਹੀ ਹੈ ਜਿੱਦਾਂ ਅਸੀਂ ਕਹਿੰਦੇ ਹਾਂ ਕੋ ਚੰਗੇ ਵਿਚਾਰਾਂ ਵਾਲਾ ਬੰਦਾ ਹੋਵੇ ਤਾਂ ਉਹਦੇ ਨਾਲ ਰਹੋਗੇ ਤਾਂ ਤੁਹਾਨੂੰ ਵੀ ਚੰਗੇ ਵਿਚਾਰਾਂ ਨੇ ਲੱਗ ਪੈਂਦੇ ਨੇ ਭਾਵੇਂ ਉਹ ਨਾ ਬੋਲੇ એનર્ਜੀ ਇਹੋ ਜੀ ਹੁੰਦੀ ਹੈ ਉਹ ਇੰਡਕਸ਼ਨ ਕਰ ਦਿੰਦਾ ਹੈ ਕੋਈ ਮਾੜੇ ਵਿਚਾਰ ਵਾਲਾ ਹੋਵੇ ਪਰੇਸ਼ਾਨ ਹੋਵੇ ਤੁਸੀਂ ਉਹਦੇ ਨਾਲ ਰਹੋਗੇ ਤੁਸੀਂ ਵੀ ਪਰੇਸ਼ਾਨ ਹੋ ਜਾਓਗੇ ਭਾਵੇਂ ਉਹ ਕੁਝ ਨਾ ਕਵੇ ਇੰਡਕਸ਼ਨ ਕਰ ਦੇਗਾ ਉਹ ਪ੍ਰਭਾਵਿਤ ਕਰ ਦੇਗਾ ਦੂਰੋਂ ਹੀ ਕੋਈ ਇੰਟਰੈਕਸ਼ਨ ਦੀ ਗੱਲ ਨਹੀਂ ਤਾਂ ਉਦਾਂ ਹੀ ਇਹਨਾਂ ਨੇ ਇਹ ਤਾਂ ਦੇਖ ਲਿਆ ਹੈ ਕਿ ਜਿਹੜੀ ਇਹ ਜਿਹੜਾ ਕਰੰਟ ਆਂਦਾ ਪਿਆ ਹੈ ਇਹ ਇਹਦਾ ਜਿਹੜਾ ਰੀਜ਼ਨ ਹੈ ਉਹ ਮੇਨ ਰੀਜ਼ਨ ਇਹ ਹੈ ਕਿ ਅਸੀਂ ਮੈਗਨੈਟ ਦੀ ਮੂਵਮੈਂਟ ਕਰਾ ਰਹੇ ਹਾਂ ਰਿਲੇਟਿਵ ਟੂ ਦਿਸ ਇਹ ਜਿਹੜੀ ਲੂਪ ਹੈ ਵਾਇਰ ਲੂਪ ਦੂਜੀ ਗੱਲ ਇਹ ਕਰਦੇ ਹਾਂ ਜਦੋਂ ਇੱਥੋਂ ਛੁੱਟੀ ਸੀ ਨਾ ਜੋਰ ਦੀ ਇੱਧਰੋਂ ਕਹਿੰਦਾ ਯਾਰ ਹੌਲੀ ਹੌਲੀ ਆਈਂ ਜਰਾ ਇੱਧਰੋਂ ਤਾਂ ਦੇਖਦੇ ਆ ਕੋਈ ਕਰੰਟ ਨਹੀਂ ਆਂਦਾ ਪਿਆ ਇਹ ਕੀ ਹੋ ਰਿਹਾ ਦੋਨੋਂ ਜਗ੍ਹਾ ਪਰੇਸ਼ਾਨ ਹੋ ਗਏ ਹੁਣ ਇਹ ਦੋਨੋਂ ਪਰੇਸ਼ਾਨੀਆਂ ਹਨ ਨਾ ਇਹ ਹੀ ਦੋ ਲਾਅ ਬਣ ਜਾਣਗੇ ਕਾਨੂੰਨ ਬਣ ਜਾਣਗੇ ਜਿਹੜੀ ਫਾਈਨਡਿੰਗ ਆਏਗੀ ਕਿਉਂਕਿ ਹੁਣ ਉਹ ਰਾਜ਼ੀ ਹੋ ਗਿਆ ਹੈ ਹੁਣ ਉਹਨੇ ਨੈਕਸਟ ਐਕਸਪੈਰੀਮੈਂਟ ਦੇਖਣਾ ਕਿ ਚਲੋ ਆਬਜ਼ਰਵ ਕਰੀਏ ਹੋ ਕੀ ਰਿਹਾ ਹੈ ਜਦੋਂ ਤੂੰ ਸੁੱਟ ਰਿਹਾ ਹੈ ਉਸ ਟਾਈਮ ਉਸ ਤੋਂ ਪਹਿਲੇ ਤੇ ਉਸ ਤੋਂ ਬਾਅਦ ਫਰਕ ਕੀ ਪੈ ਰਿਹਾ ਹੈ ਠੀਕ ਹੈ ਤਾਂ ਦੇਖੋ ਸਮਝਣਾ ਕਿਦਾਂ ਹੈ ਜਦੋਂ ਇਹ ਇੱਥੇ ਸੀਗਾ ਹੈਨਰੀ ਹੈ ਨਾ ਸਭ ਤੋਂ ਪਹਿਲਾ ਕੇਸ ਜਦੋਂ ਉਹਨੇ ਜਸਟ ਸੁੱਟਿਆ ਸੀ ਤਾਂ ਕੀ ਹੋ ਰਿਹਾ ਹੋਏਗਾ ਅਸੀਂ ਇੱਕ ਕਨਸੈਪਟ ਪੜਿਆ ਸੀ ਉਹ ਉਸੇ ਵੀਡੀਓ ਨੂੰ ਦੇਖ ਗਏ ਲਾਸਟ ਵੀਡੀਓ ਜਿਹੜਾ ਸਾਡਾ ਸੀ ਜਿਹੜਾ ਸੀ ਮੈਗਨੈਟਿਕ ਫਲਕਸ है सर मैगनैटिक लाइनस किसी भी सरफेस किनिया करॉस कर रही हैं उन्होंने असी कह दें मैगनैटिक फ्लक्स वो कहें यार एक मिनट इस टाइम जो तू तो दरवाजे से खलोता है तू तो मेरे को सुटेगा तो करंट आंदा पिया है इस टाइम दसी य वायर है यदि जे मैगनैटिक लाइनस किनिया करॉस कर दी पा असं की कही मैगनैटिक फ्लक्स कितनी है ਹੁਣ ਮੈਂ ਐਗਜ਼ਾਮਪਲ ਵਾਸਤੇ ਨੰਬਰ ਲੈਣੇ ਹਨ ਐਕਚੁਅਲ ਨਹੀਂ ਐਗਜ਼ਾਮਪਲ ਵਾਸਤੇ ਹੁਣ ਮੰਨ ਲਓ ਇਹ ਦੂਰ ਹੈ ਤਾਂ ਬੇਟਾ ਸ਼ਕਤੀ ਤਾਂ ਕਾਟੀ ਹੋਣੀ ਹੈ ਤਾਂ ਇਹਦੀ ਸ਼ਕਤੀ ਇਦਾਂ ਦਿਖਾਤੀ ਮੈਂ ਨਾਰਥ ਤੋਂ ਜਾਂਦੀ ਹੈ ਸਾਊਥ ਤੋਂ ਪਰ ਇੱਕ ਦੂਰ ਜਾ ਰਹੀ ਹੈ ਚਲੋ ਮੰਨ ਲਿਆ ਦੋ ਲਾਈਨਾਂ ਜਾ ਰਹੀਆਂ ਹਨ ਜਿਹੜੀਆਂ ਕ੍ਰੋਸ ਹੋ ਰਹੀਆਂ ਹਨ ਸਰਫੇਸ ਤੇ ਯਾਨੀ ਕਿ ਕੁਝ ਫਲਕਸ ਇਹ ਜਿਹੜੀ ਵਾਇਰ ਹੈ ਇਹ ਜਿਹੜੀ ਲੂਪ ਹੈ ਇਹਦੇ ਤੇ ਕ੍ਰੋਸ ਕਰਨੇ ਆਉਣਗੇ கரੈਕਟ ਯੈਸ ਹੈਨਾ ਮੰਨ ਲਓ ਇਹਦੀ ਵੈਲਿਊ ਹੋ ਗਈ 2 ਮੈਂ ਕਿਉਂ ਕਰ ਰਹੇ ਹਾਂ ਜਸ ਕਾਊਂਟ ਕਰ ਰਹੇ ਹਾਂ 2 ਓਕੇ बोले ਹੁਣ ਸੁੱਟਿੰਗ ਰਹਾ ਤਾਂ ਇਹ ਕੀ ਕਰਦਾ ਹੈ ਇਹਨੂੰ ਸੁੱਟਦਾ ਹੈ ਠੀਕ ਹੈ ਹੁਣ ਦੇਖਿਓ ਜਦੋਂ ਇਹਨੇ ਸੁੱਟੀ ਹੈ ਜਦੋਂ ਇੱਥੇ ਪਹੁੰਚ ਜਾਂਦੀ ਹੈ ਹੁਣ ਦੱਸੋ ਜਰਾ ਕਿੰਨੀਆਂ ਮੈਗਨੇਟਿਕ ਫੀਲਡ ਲਾਈਨਸ ਕ੍ਰੋਸ ਹੋ ਗਈਆਂ ਹੈਨਾ ਕਿੰਨੀਆਂ ਹੋ ਗਈਆਂ ਕਿ ਦੋ ਹੀ ਰਹੀਆਂ ਕਿ ਵੱਧ ਗਈਆਂ ਯਸਾ ਚਾਰ ਸਮਝ ਗਏ ਕੀ ਹੋ ਰਿਹਾ ਮੈਗਨੇਟਿਕ ਫਲਕਸ ਚੇਂਜ ਹੋ ਰਹੀ ਹੈ ਚੇਂਜ ਇਨ ਮੈਗਨੇਟਿਕ ਫਲਕਸ オブజర్వేషన్ ਇਹ ਨਾਲ ਦੀ ਸਮਝ ਆ ਗਈ ਨਾ ਕਿ ਹੁੰਦਾ ਕੀ ਬਈ ਜਦੋਂ ਤੂੰ ਸੁੱਟਦਾ ਪਿਆ ਹੈ ਤਾਂ ਇਸ ਲੂਪ ਨਾਲ ਜਿਹੜੀ ਫੀਲਡ ਲਾਈਨਸ ਕ੍ਰਾਸ ਹੁੰਦੀਆਂ ਪਈਆਂ ਹਨ ਉਹ ਤਾਂ ਚੇਂਜ ਹੋ ਜਾਣਗੀਆਂ ਨਾ 2 ਤੋਂ 4 ਹੋ ਜਾਏਗੀ ਨਾ ਫਿਰ ਉਹਨੇ ਕਿਹਾ ਕਿ ਬਈ ਅੱਛਾ ਸਰ ਇਦਾਂ ਹੋਇਆ ਤਾਂ ਇਹ ਦੱਸੋ ਇਦਾਂ ਹੋਇਆ ਜਦੋਂ ਮੈਂ ਵਾਪਿਸ ਬਾਹਰੋਂ ਸੁੱਟਿਆ ਫਿਰ ਵੀ ਕਰੰਟ ਆ ਗਿਆ ਸੀ ਘਰੋਂ ਬਾਹਰ ਸੁੱਟੀ ਸੀ ਕਿ ਅਸੀਂ ਕਰਨਾ ਨਹੀਂ ਐਕਸਪੈਰੀਮੈਂਟ ਬੋਲੇ ਹਾਂ ਹੁਣ ਵੀ ਚੇਂਜ ਹੁੰਦਾ ਪਿਆ ਬੋਲੇ ਕਿਦਾਂ ਹੁਣ ਕਿੰਨੀਆਂ ਕ੍ਰੋਸ ਹੁੰਦੀਆਂ ਪਈਆਂ 4 ਜੇ ਸੁਟੇਗਾ ਤਾਂ ਕਿੰਨੀ ਹੋ ਜਾਏਗੀ 2 ਅਗੇਨ 4 ਤੋਂ ਘਟ ਗਈ ਨਾ 2 ਅਗੇਨ देयर इज अ ਚੇਂਜ ਇਨ ਮੈਗਨੇਟਿਕ ਫਲਕਸ ਠੀਕ ਹੈ ਤਾਂ ਪਹਿਲਾ ਲਾਅ ਕਰ ਲਈਏ ਪਹਿਲਾ ਲਾਅ ਜੇ ਸਮਝ ਗਏ ਪਹਿਲਾ ਲਾਅ ਕਿਆ ਹੈ ਫੈਰਾਡੇ ਫਰਸਟ ਲਾਅ एक ही कह रहा है इफ देर इज अ चेंज इन मैग्नेटिक फ्लक्स फाइ नोट कर दे हाँ लिंक्ड लिंक मतलब क्रॉस हो रही है ओवरलो लिंक्ड विद वायर लूप जो चेंज हो जावे एन इंड्यूस्ड एक इंड्यूज करंट करंट का मतलब करंट हो तो बैटरी भी होनी चाहिए फिर है ना वोलटेज भी होनी चाहिए तो जगह वोल्टेज भी लिख सकते हो वोल्टेज का एक और फैंसी वर्ड है ई एम एफ है ना इंड्यूस करंट बोल दो इंड्यूस वोल्टेज बोल दो इंड्यूस ई एम एफ विल बी जनरेटड या प्रोड्यूस्ड बनेगा कारण मैनू फ्लैश आ रही है ਉਨ ਸਮਝ ਗਏ ਫੈਰਾਡੇ ਫਾਸਲਾ ਕੀ ਕਹਿ ਰਿਹਾ ਹੈ ਜੇ ਤੂੰ ਚੇਂਜ ਕਰ ਦੇਵੇ ਦੋ ਤੋਂ ਚਾਰ ਕਰ ਦੇ ਚਾਰ ਤੋਂ ਦੋ ਕਰ ਦੇ ਤੂੰ ਚੇਂਜ ਕਰ ਰਿਹਾ ਹੈ ਮੈਗਨੈਟਿਕ ਫਲਕਸ ਜਿੱਦਾਂ ਹੀ ਤੂੰ ਚੇਂਜ ਕਰੇਗਾ ਇਸ ਲੂਪ ਨੂੰ ਸਮਝ ਆਏਗਾ ਕਿ ਇਹ ਤਾਂ ਮੇਰੇ ਕੋਲ ਫਲਕਸ ਚੇਂਜ ਹੋ ਰਹੀ ਹੈ ਇਹਨੇ ਕੀ ਕਰਨਾ ਹੈ ਜਦੋਂ ਤੱਕ ਤੂੰ ਚੇਂਜ ਕਰ ਰਿਹਾ ਹੈ ਉਹ ਫਲੈਸ਼ ਕਰਦੀ ਜਾਏਗੀ ਫਲੈਸ਼ ਕਰੇਗੀ ਯਾਨੀ ਕਿ ਆਨ ਆਫ ਹੋ ਜਾਏਗੀ एकदम ਜਸਟ ਆਈ ਅਤੇ ਗਈ ਕਿ ਦਿਵਾਲੀਆਂ ਚ ਜਿਹੜੇ ਸਾਡੀਆਂ ਲਾਈਟ ਲੱਗੀ ਹੁੰਦੀਆਂ ਬੰਦਦੀਆਂ ਆਨ ਹੁੰਦੀਆਂ ਹਨ ਤੇ ਆਫ ਹੁੰਦੀਆਂ ਲਗਾਤਾਰ ਲਗਾਤਾਰ ਉਦਾਂ ਹੈਨਾ ਯਾਨੀ ਕਿ ਸਰ ਮੈਂ ਆਨ ਆਫ ਕਰ ਸਕਦਾ ਬਾਰ ਬਾਰ ਹਾਂ ਇਦਾਂ ਕਰੀ ਜੋ ਚੇਂਜ ਕਰੀ ਜੋ ਮੈਗਨੇਟਿਕ ਫਲਕਸ ਆਨ ਆਫ ਆਨ ਆਫ ਹੋ ਹੀ ਜਾਏਗਾ ਠੀਕ ਹੁਣ ਫਸਟ ਲਾ ਜਦੋਂ ਆ ਗਿਆ ਤਾਂ ਇਹਨਾਂ ਨੂੰ ਕਾਫੀ ਕਲੈਰਿਟੀ ਆ ਗਈ ਕਿ ਠੀਕ ਹੈ ਯਾਰ ਮੈਗਨੇਟਿਕ ਫਲਕਸ ਚੇਂਜ ਕੀਤੀ ਹੈਨਾ ਹੈਨਾ ਮੈਗਨੇਟਿਕ ਫਲਕਸ ਜਿਹੜੀ ਹੈ ਚੇਂਜ ਕੀਤੀ ਤਾਂ ਸਾਨੂੰ ਕਾਫੀ ਕਰੰਟ ਮਿਲਣਾ ਹੈ ਬਟ ਕੁਝ ਕੁਝ ਡਾਊਟ ਦਿਮਾਗ ਚ ਹੈ ਜਿਹੜਾ ਸੈਕੰਡ ਲਾ ਕਲੀਅਰ ਕਰੇਗਾ ਜਾసే ਉਹ ਕਿ ਆ ਕਿ ਅਸੀਂ ਇੰਨੇ ਟਾਈਮ ਬੈਠੇ ਰਹੇ ਸਾਨੂੰ ਕੋ ਰਿਜ਼ਲਟ ਕਿਉਂ ਨਹੀਂ ਮਿਲਿਆ ਅਸੀਂ ਕੀ ਗਲਤ ਕਰ ਰਹੇ ਸੀ ਥੋੜਾ ਸੋਚਦੇ ਹਾਂ ਕਿਉਂਕਿ ਅਸੀਂ ਵੀ ਤਾਂ ਮੈਗਨੇਟ ਘੁਮਾਇਆ ਸੀ ਕੀ ਉਹਦੇ ਚ ਕਮੀ ਸੀ ਜਦੋਂ ਤੂੰ ਪੰਕਾਹ ਕੇ ਸੁੱਟਿਆ ਬੜੀ ਸਪੀਡ ਨਾਲ ਸੁੱਟਿਆ ਤਾਂ ਕੀ ਫਰਕ ਪੈ ਗਿਆ ਜਦੋਂ ਬਾਹਰੋਂ ਸੁੱਟਿਆ ਬੜੀ ਸਪੀਡ ਨਾਲ ਸੁੱਟਿਆ ਤਾਂ ਕੀ ਫਰਕ ਸੀ ਅਸੀਂ ਤਾਂ ਮੈਗਨੇਟ ਘੁਮਾਉਂਦੇ ਪਏ ਸੀ ਤੇ ਕਹਿੰਦਾ ਦੇਖ ਮੈਥੇ ਘਲੋਤਾ ਸੀ ਇਹਨੂੰ ਮੈਂ ਸਪੀਡ ਨਾਲ ਭੇਜਾਂ ਤਾਂ ਜਿਹੜੀ ਮੈਗਨੇਟਿਕ ਫੀਲਡ ਚੇਂਜ ਹੋਏਗੀ ਉਹਨੂੰ ਚੇਂਜ ਹੋਣ ਵਾਸਤੇ ਬੜਾ ਹੀ ਘੱਟ ਟਾਈਮ ਲੱਗੇਗਾ ਬੜੇ ਘੱਟ ਟਾਈਮ 'ਚ ਮੈਗਨੇਟਿਕ ਫਲਕਸ ਜਿਹੜੀ ਹੈ ਚੇਂਜ ਹੋ ਜਾਏਗੀ ਬਟ ਇਫ ਆਈਲ ਡੂ ਇਟ ਸਲੋ 2 ਤੋਂ 4 ਕਰਦਾ ਹੈਨਾ ਚੇਂਜ ਤਾਂ ਉਨਾ ਹੀ ਹੋਇਆ ਹੈ ਨਾ ਮੈਗਨੇਟਿਕ ਫਲਕਸ ਤਾਂ 2 ਤੋਂ 4 ਹੀ ਹੋਈ ਬਟ ਸਰ ਟਾਈਮ ਬਹੁਤ ਲੈ ਲਿਆ ਤੁਸੀਂ ਤਾਂ ਹੀ ਕਰਕੇ ਸ਼ਾਇਦ ਕਰੰਟ ਜਨਰੇਟ ਹੋ ਰਿਹਾ ਹੋਵੇਗਾ ਬਟ ਬੜਾ ਹੀ ਘਾਟੇ ਤੇ ਨਜ਼ਰ ਹੀ ਨਹੀਂ ਆਉਂਦਾ ਹੋਣਾ ਲਗਭਗ 0 ਦੇ ਬਰਾਬਰ ਜਿੱਦਾਂ ਅਸੀਂ ਐਗਜ਼ਾਮਪਲ ਲਿਆ ਸੀ ਕਿ ਇੱਕ ਵੱਡਾ ਬਲਬ ਲੈ ਲਈਏ ਤੇ ਡਾਲ ਪਾ ਦੀਏ ਉਥੇ ਆਪਣਾ ਪੈਨਸਲ ਸੈਲ ਤੇ ਚਲਾਉਣਾ ਸ਼ੁਰੂ ਕਰੀਏ ਚੱਲ ਜਾਏਗਾ ਅਸੀਂ ਕਹਾਂਗੇ ਸਰ ਆਨ ਹੀ ਨਹੀਂ ਹੋਣਾ ਅੱਛਾ ਪਰ ਯਾਰ ਕਰੰਟ ਤੇ ਜਾ ਰਿਹਾ ਤੁਹਾਨੂੰ ਕਹਾਂ ਕਰੰਟ ਜਾਏਗਾ ਇਹਦਾ ਪ੍ਰਭਾਵ ਹੀ ਨਹੀਂ ਪਏਗਾ ਇੰਨਾ ਦਿਸੇਗਾ ਹੀ ਨਹੀਂ ਬਲਬ ਜਲਦਾ ਨਹੀਂ ਦਿਸੇਗਾ ਤੁਹਾਨੂੰ ਤਾਂ ਉਸੇ ਹਿਸਾਬ ਨਾਲ ਇਹ ਚੀਜ਼ ਸਮਝ ਗਏ ਕਿ ਅਸੀਂ ਫੇਲ ਕਿਉਂ ਹੁੰਦੇ ਪਏ ਸੀ ਫਿਰ ਇਹਨਾਂ ਨੇ ਦਿਮਾਗ ਲਗਾਇਆ ਯਾਰ ਫਿਰ ਇਦਾਂ ਕਰ ਸਕਦੇ ਹਾਂ ਕਿ ਇਦਾਂ ਮੈਗਨੇਟ ਰੱਖ ਦਈਏ ਹੈਨਾ ਮੰਨ ਲਓ ਇੱਥੇ ਰੱਖ ਦਈਏ ਕੋਲ ਹੈਨਾ ਤੇ ਇਹ ਲਾਈਟ ਜਲਦੀ ਰਹੇ ਬੋਲੇਗਾ ਇਦਾਂ ਨਹੀਂ ਹੋਏਗਾ ਕਿਉਂ ਇਸ ਟਾਈਮ ਜੇ ਚਾਰ ਕ੍ਰਾਸ ਕਰ ਰਹੀਆਂ ਹਨ अच्छा दस मिनट बाद चार आधे घंटे बाद चार अगले दिन आ जाओ हाले भी चार देर इज़ नो चेंज करंट जदों ही बनेगा लूप च जदों चेंज इन मैगनेटिक फ्लक्स गल जिन्ना छेती होना वाया दिस इज़ द सैकंड लॉ कि इदा लियाओगे करंट फ्लैश करेगा स्लो स्लो लाओगे तो हो सकता है फ्लैश करे बट बड़ बड़ा ही डिम तुम तो पता ही नहीं लगे इसी तरह चेंज करना है बट फास्ट करना है सो दिस विल बिकम आर सेकेंड लॉ ये आ गया फैरडे सेकेंड लॉ ये की कह रहे हैं लॉ ये कह रहे हैं दिस इंड्यूस्ड ई एम एफ ਇਹ ਸਟਾਰਟ ਕਰੇਗਾ ਮਤਲਬ ਫਸਟ ਲਾਉਣੇ ਕਿਹਾ ਤਾਂ ਨਾ ਵੀ ਕਰੰਟ ਜਨਰੇਟ ਹੋਏਗਾ EMF ਕਿਹਾ ਕਰੰਟ ਵੀ ਲਿਖ ਦੋ ਇਥੇ ਕੋਈ ਪ੍ਰੋਬਲਮ ਨਹੀਂ ਹੈ ਹੈ ਨਾ ਕਰੰਟ ਜਿੱਥੇ ਹੋਏਗਾ ਉੱਥੇ ਬੇਟਾ EMF ਜਾਂ ਵੋਲਟੇਜ ਤਾਂ ਹੋएगी ਨਾ ਉਹਦੇ বিনা ਕਿੱਦਾਂ ਹੋ ਜਾਏਗਾ ਕਰੰਟ ਤਾਂ ਅਸੀਂ ਇੱਥੇ ਦਿਸ ਇੰਡਸਟਰੀਅਮ ਦਾ ਮਤਲਬ ਕੀ ਹੈ ਕਿ ਪਹਿਲੇ ਜਿਹੜਾ ਜਿਹੜਾ ਮੈਗਨੇਟਾਈਜ਼ੀ ਮੂਵ ਕੀਤੀ ਹੈ ਉਹਦੇ ਨਾਲ ਜਿਹੜਾ EMF ਜਨਰੇਟ ਹੋ ਰਿਹਾ ਹੈ ਹੈ दैट विल बी ਇਨਡਾਇਰੈਕਟਲੀ ਪ੍ਰੋਪੋਰਸ਼ਨਲ to the time taking the change in file एक दो magnetic flux through ya yeah, linked through wire loop indirectly proportional मतलब common sense से थोड़ा language आ गया है indirectly proportional क्यों कह रहे हैं थोड़ा दस्तों ये देखो example न लो है दोनों वरी थोड़ा जोर द सुट दें मन एक सैकेंड इतने पहुँच गया टाइम नोट किया ओके वर्ज अ टाइम टाइम इज़ वन सैकेंड ठीक है और फ्लैश दिसद है मान लो फ्लैश दिसा है है ना हूँ मैं करता हाँ इनू बड़ा हौली लेके आता उस तो डबल टाइम लो सैकेंड फ्लैश होया बट बड़ बड़ा डिम करंट बहुत कम बनया पर तीस कहो सर फ्लक्स तो सेम ही रहे दो तो चार हो गई है बट तुम कहो ग ਕਿ ਫਲਕਸ ਦਾ ਚੇਂਜ ਨਹੀਂ ਹੋਈ ਮੈਂ ਕਹਾਂਗਾ ਟਾਈਮ ਦਾ ਫਰਕ ਹੈਗਾ ਨਾ ਸੈਕਿੰਡ ਕਿੰਝ ਕੀਤਾ 2 ਸੈਕਿੰਡ ਟਾਈਮ ਜ਼ਿਆਦਾ ਲਗਾਓਗੇ ਇੰਡਰਕਲੂਲੇਸ਼ਨ ਦਾ ਮਤਲਬ ਕੀ ਹੁੰਦਾ ਹੈ ਪੁੱਠਾ ਹੈ ਨਾ ਟਾਈਮ ਘੱਟ ਲਗਾਓਗੇ ਇਸ ਤੋਂ ਪੁੱਠਾ ਪ੍ਰਭਾਵ ਹੋਏਗਾ ਜਿੰਨਾ ਕੰਮ ਟਾਈਮ ਲਾਓਗੇ ਉਨਾ ਹੀ ਜ਼ਿਆਦਾ ਇੰਡਿਊਸਡ ਕਰੰਟ ਹੋਵੇਗਾ ਹੈ ਨਾ ਹੁਣ ਇੱਥੇ ਸਵਾਲ ਆਣਾ ਸਰ ਜੇ ਮੈਂ ਅੱਧੇ ਸੈਕਿੰਡ 'ਚ ਕਰਦਾ ਮੈਂ ਕਹਾਂ ਹੋਰ ਕਰੰਟ ਵਧੇਗਾ ਘਟਾ ਆ ਰਿਹਾ ਨਾ ਤੁਹ ਟਾਈਮ আচ্ছা ਸਰ ਜੇ ਮੈਂ 5 ਸੈਕਿੰਡ 'ਚ ਲਿਆਵਾਂ ਇੱਥੇ ਮੈਂ ਕਹਾਂ ਹੋਰ ਘਟ ਜਾਣਾ ਹੈ ਸਰ ਮੈਥਮੈਟਿਕਲ ਦੱਸ ਦੋ ਸੈਕੰਡ ਲਾਅ ਔਰ ਫਸਟ ਲਾਅ ਸਮਝਾ ਦਿਓ ਠੀਕ ਹੈ ਇਹ ਦੇਖੋ ਜੇ ਤੁਸੀਂ ਇੰਡਿਊਸਡ ਈਐਮਐਫ ਨੂੰ ਈ ਨਾਲ ਡਿਨੋਟ ਕਰੋ ਹੈ ਨਾ ਇਹਨੂੰ ਵੀ ਨਹੀਂ ਕਿਹਾ ਸਰ ਤੁਸੀਂ ਹੈ ਨਾ ਕਿਉਂਕਿ ਬੇਟਾ ਸਪੈਸ਼ਲ ਹੈ ਇਹਦੇ ਚ ਬੈਟਰੀ ਤਾਂ ਨਾ ਲੱਗੀ ਹੋਈ ਹੈ ਤੈਨੂੰ ਕਹਿੰਦਾ ਇਹ ਕੀ ਚੀਜ਼ ਹੈ ਸਾਡੀ ਥਿਸ ਇਸ ਆਰ ਇੰਡਿਊਸਡ ਈਐਮਐਫ ਕਿ ਕਿੰਨਾ ਕਰੰਟ ਬਣੇਗਾ ਹੈ ਨਾ ਹੈ ਨਾ ਉਹ ਕਿਸ ਤੇ ਡਿਪੈਂਡ ਕਰੇਗਾ ਕਿਤਨੀ ਵੋਲਟੇਜ ਉੱਥੇ ਜਨਰੇਟ ਹੋਏਗੀ ਉਸ ਵਾਇਰ ਲੂਪ 'ਚ ਇਹਨੂੰ ਕਹਾਂਗੇ ਇੰਡਿਊਸਡ ਈਐਮਐਫ ਇਹ ਕੋਈ ਸਿੰਪਲ ਨਹੀਂ ਹੈ ਇਸ ਲਈ ਸਪੈਸ਼ਲ ਨਾ ਦਿੱਤਾ ਗਿਆ ਹੈ ਇੰਡਿਊਸ है ना इंड्यूस हो रही है वोल्टेज ये है डायरैक्टली प्रोपोर्शनल होएगा केसते सर पहले तो चेंज इन फ्लक्स कितना हो रहा है जितना चेंज फ्लक्स चे होएगा है ना उतना ही ई एम एफ जनरेट होएगा ये जो डी है समॉल लैटर डी का तो मतलब है चेंज अगर लिखे है फाई चेंज इन फ्लक्स ता ही ई एम एफ बनेगा बट जो सैकेंड लॉ क्लीयरली जो इंपोर्टेंट पॉइंट है कि टाइम तो इनडायरैक्टली प्रपोशनल होएगा ਜੇ ਟਾਈਮ ਘਟਾਓਗੇ EMF ਵੱਧ ਜਾਣਾ ਹੈ ਜੇ ਟਾਈਮ ਵਧਾਓਗੇ EMF ਘੱਟ ਜਾਣਾ ਹੈ ਪੁਠਾ ਰਿਲੇਸ਼ਨ ਹੈ ਇਨਡਾਇਰੈਕਟ ਰਿਲੇਸ਼ਨ ਹੈ ਤਾਂ ਯਾਨੀ ਕਿ ਡਿਪੈਂਡ ਕਰੇਗਾ ਕਿ ਤੁਸੀਂ ਜਿਹੜੀ ਫਲਕਸ ਚੇਂਜ ਲਿਆ ਰਹੇ ਹੋ ਕਿੰਨੇ ਘੱਟ ਟਾਈਮ ਤੇ ਲਿਆ ਰਹੇ ਹੋ ਉਨਾ ਹੀ ਜ਼ਿਆਦਾ EMF ਹੋਏਗਾ ਜੇ ਤੁਸੀਂ ਜ਼ਿਆਦਾ ਟਾਈਮ ਲੈ ਲੈਂਦੇ ਹੋ ਸੇਮ ਫਲਕਸ ਨੂੰ ਚੇਂਜ ਕਰਦੇ ਤਾਂ ਤੁਹਾਡਾ EMF ਘੱਟ ਹੋਏਗਾ ਇਹ ਜਿਹੜਾ ਹੋ ਗਿਆ ਫੈਰਾਡੇ ਦਾ ਸੈਕੰਡ ਲਾ ਹੋ ਗਿਆ ਹੋਪਫੁਲੀ ਤੁਸੀਂ ਬਾਅਦ ਸਮਝ ਆ ਗਿਆ ਹੈ ਇਹ ਦੋਨੋਂ ਐਕਸਪੈਰੀਮੈਂਟ ਦਾ ਬਾਏ ਦਿਵੇ ਜਿਹੜੀ ਕਹਾਣੀ ਸੀ ਹੈ ਇਦਾਂ ਦੀ ਕੋਈ ਕਹਾਣੀ ਨਹੀਂ ਸੀ ਉਹ ਕਦੀ ਲੜੇ ਨਹੀਂ ਸੀ ਜਿਹੜੇ ਫੈਰਾਡੇ ਹਨ ਉਹਨਾਂ ਨੇ 1831 ਚੈਨ ਨੂੰ ਦਿੱਤਾ ਆਜ ਦੇ ਮੇਰੇ ਕਾਲ 200 ਸਾਲ ਪਹਿਲੇ ਦੀ ਗੱਲ ਹੋ ਗਈ ਔਰ ਜਿਹੜੇ ਹੈਨਰੀ ਹਨ ਜੋਸਫ ਹੈਨਰੀ ਹੈ ਨਾ ਜਿਨ੍ਹਾਂ ਦਾ ਨਾਮ ਲਿੰਕ ਕੀਤਾ ਜਾਂਦਾ ਹੈ ਡੋਰ ਬੈਲ ਜੇ ਤੁਸੀਂ ਡੋਰ ਬੈਲ ਘਰਾਂ ਦੇ ਬਾਹਰ ਵਜਾਈ ਹੈ ਇਹ ਉਹੀ ਹਨ ਜਿਨ੍ਹਾਂ ਦੇ ਬੇਸਿਸ ਤੇ ਥਿੰਕਿੰਗ ਤੇ ਡੋਰ ਬੈਲ ਬਣੀ ਕਿ ਵਾਇਰ ਲਾ ਦਈਏ ਔਰ ਇੱਕ ਬੈਲ ਵੱਜ ਜਾਏਗੀ ਡੂਰਵੈਲ ਦਾ ਕਨਸੈਪਟ ਇਹ ਦੋਨੋਂ ਲੈਜੈਂਡ ਹਨ ਔਰ ਇਨਾਂ ਨੇ ਲਾ ਦਿੱਤਾ 1832 ਨਕਲ ਨਹੀਂ ਕੀਤੀ No cheating ਬਿਲਕੁਲ ਇੰਡੀਪੈਂਡੈਂਟ ਹੋ ਗਏ ਫੈਰਾਡੇ ਅਲੱਗ ਐਕਸਪੈਰੀਮੈਂਟ ਕਰ ਰਹੇ ਸਨ ਤੇ ਹੈਨਰੀ ਇੱਕ ਅਲੱਗ ਐਕਸਪੈਰੀਮੈਂਟ ਕਰਦੇ ਕਰਦੇ ਸਨ ਬਟ ਸਭ ਤੋਂ ਪਹਿਲੇ ਪਬਲਿਸ਼ ਕਿੰਨੇ ਕੀਤਾ ਮਤਲਬ ਸਭ ਤੋਂ ਪਹਿਲੇ ਅਖਬਾਰ ਚ ਕਿਦਾ ਆ ਗਿਆ ਫੈਰਾਡੇ ਦਾ ਆ ਗਿਆ ਉਦੇਵਾਦ ਇੱਕ ਸਾਲ ਬਾਅਦ ਹੈਨਰੀ ਦਾ ਤਾਂ ਇਸ ਲਈ ਕ੍ਰੈਡਿਟ ਜਿਹੜਾ ਹੈ ਦੋਨਾਂ ਨੂੰ ਵੰਡਿਆ ਜਾਂਦਾ ਹੈ ਤਾਂ ਹੀ ਕਰਕੇ ਫੈਰਾਡੇ ਹੈਨਰੀ ਐਕਸਪੈਰੀਮੈਂਟ ਕਰਾਉਂਦੇ ਹਨ ਜਿਹੜੀ ਮੈਂ ਕਾਹਨੇ ਲਈਤੀ ਹੈ ਜਸਟ ਟੂ ਮੇਕ ਯੂ ਰਿਮੈਂਬਰ ਕਿ ਵਾਟ ਇਜ਼ ਵਾਟ ਹੈਸ ਹੈਪਨ ਉਸ ਉਹ ਸਚਾਈ ਨਾਲ ਕੁਛ ਲੈਣਾ ਦੇਣਾ ਨਹੀਂ ਹੈ ਇਹ ਦੋਨੋਂ ਇੰਡੀਪੈਂਡੈਂਟ ਹਨ ਇਹਨਾਂ ਨੇ ਜਿਹੜੇ ਵੀ ਫਾਈਂਡਿੰਗਸ ਕੀਤੀਆਂ ਹਨ ਹੈਨਾ ਉਹਨਾਂ ਨੂੰ ਉਹਨ ਐਕਸਪੈਰੀਮੈਂਟਸ ਨੂੰ ਅਸੀਂ ਇਦਾਂ ਦਿਖਾਉਂਦੇ ਹਾਂ ਔਰ ਇਕੱਠਾ ਬੋਲ ਦਿੰਦੇ ਹਨ ਹੈਨਰੀ ਐਂਡ ਫੈਰਾਡੇਜ਼ ਐਕਸਪੈਰੀਮੈਂਟ ਥੈਂਕ ਯੂ